ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਹਰਜੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਧੀਆਂ ਪਰਾਇਆ ਧਨ ਕਿਉਂ ਦਾ ਭਾਗ ਦੂਜਾ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ, ਅਤੇ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਐਤਵਾਰ ਨੂੰ ਹਰਭਜਨ ਸਿੰਘ ਹੁਰੀ ਸਾਰੇ ਚਾਚੇ ਪ੍ਰੀਤਮ ਸਿੰਘ ਅਤੇ ਸਰਪੰਚ ਨੂੰ ਨਾਲ ਲੈ ਕੇ ਮੁੰਡੇ ਲਖਵਿੰਦਰ ਨੂੰ ਸ਼ਗਨ ਪਾਏ। ਸਰਪੰਚ ਅਤੇ ਸਾਡੂ ਤਾਰਾ ਸਿੰਘ ਨੇ ਆਪਣੀ ਧੀ ਦੇ ਦਿਓਰ ਦੀ ਦਸ ਪਰਵਿੰਦਰ ਲਈ ਪਾ ਦਿੱਤੀ। ਉਸਨੂੰ 6 ਕਿੱਲੇ ਪਹਿਲੀ ਆਉਂਦੀ ਸੀ ਅਤੇ ਉਹ ਵੀ BA ਪਾਸ ਸੀ। ਹਰਭਜਨ ਸਿੰਘ ਸਰਪੰਚ ਅਤੇ ਆਪਣੇ ਨਵੇਂ ਬਣੇ ਕੁੜਮ ਤਾਰਾ ਸਿੰਘ ਨੂੰ ਲੈ ਕੇ ਉਸਦੀ ਧੀ ਦੇ ਘਰ ਚਲੇ ਗਏ। ਘਰ ਵਾਰ ਅਤੇ ਮੁੰਡਾ ਹਰਦੇਵ ਉਸਦੇ ਪਸੰਦ ਸੀ। ਪਹਿਲੀ ਭਾਵੇਂ ਥੋੜ੍ਹੀ ਸੀ ਪਰ ਆਪਣੇ ਨਵੇਂ ਕੁੜਮ ਕਰਕੇ ਉਸਨੇ ਹਾਂ ਕਰ ਦਿੱਤੀ। ਮੁੰਡੇ ਦਾ ਪਿਓ ਕੁਝ ਸਾਲ ਪਹਿਲਾਂ ਗੁਜ਼ਰ ਗਿਆ ਸੀ। ਦੋਵੇਂ ਭਰਾ ਹੀ ਸਨ ਅਤੇ ਮਾਂ ਸੀ। ਅਗਲੇ ਦਿਨ ਮੁੰਡੇ ਵਾਲੇ ਆਏ ਤਾਂ ਹਰਦੇਵ ਸਿੰਘ ਵੀ ਨਾਲ ਆ ਗਿਆ। ਘਰ ਦੇ ਜੀਆਂ ਨੂੰ ਛੱਡ ਕੇ ਉਹ ਬਾਹਰੋਂ ਹੀ ਵਾਪਸ ਮੁੜਨ ਲੱਗਾ ਤਾਂ ਸਤਪਾਲ ਨੇ ਕਿਹਾ, ਆ ਜਾ ਭਾਈ, ਹੁਣ ਤੂੰ ਵੀ ਜਦੋਂ ਘਰ ਤੱਕ ਆ ਹੀ ਗਿਆ। ਉਹਨਾਂ ਵੀ ਪਰਵਿੰਦਰ ਨੂੰ ਪਸੰਦ ਕਰ ਲਿਆ। ਹਰਦੇਵ ਦੇ ਨਾਲ ਆਉਣ ਕਰਕੇ ਦੋਵੇਂ ਧਿਰਾਂ ਨੇ ਉੱਥੇ ਹੀ ਪਿਆਰ ਦੇ ਦਿੱਤਾ। ਮੀਤਾਂ ਵੀ ਚਾਅ ਨਾਲ ਭੱਜੀ ਫਿਰਦੀ ਸੀ। ਹਰਦੇਵ ਨੇ ਉਸਨੂੰ ਚੁੱਕ ਕੇ ਗੋਦ ਵਿੱਚ ਬਿਠਾ ਲਿਆ। ਮੀਤਾਂ ਵੀ ਫੁੱਫੜ ਜੀ ਦੀ ਗੋਦ ਵਿੱਚ ਬੈਠ ਕੇ ਬਹੁਤ ਖੁਸ਼ ਸੀ। ਫਿਰ ਸਾਰਿਆਂ ਚਾਹ ਪੀਤੀ ਅਤੇ ਉਹ ਖੁਸ਼ੀ ਖੁਸ਼ੀ ਚਲੇ ਗਏ। ਹਰਭਜਨ ਸਿੰਘ ਅਤੇ ਮਹਿੰਦਰ ਕੌਰ ਖੁਸ਼ ਸਨ ਕਿ ਚਲੋ ਦੋਵਾਂ ਧੀਆਂ ਦਾ ਰਿਸ਼ਤਾ ਹੋ ਗਿਆ, ਸਿਆਲ ਨੂੰ ਪਰਵਿੰਦਰ ਦਾ ਵਿਆਹ ਕਰ ਦੇਵਾਂਗੇ। ਮੀਤਾਂ ਨੂੰ 3 ਸਾਲ ਦੀ ਹੋਣ 'ਤੇ ਸਕੂਲ ਪੜ੍ਹਨ ਲਾ ਦਿੱਤਾ। ਸਤਪਾਲ ਉਸਨੂੰ ਸਕੂਲ ਛੱਡਣ ਜਾਂਦਾ ਅਤੇ ਲੈਣ ਵੀ। ਪਹਿਲਾਂ 4-5 ਦਿਨ ਮੀਤਾਂ ਸਕੂਲ ਵਿੱਚ ਰੋਣ ਲੱਗ ਪੈਂਦੀ, ਪਰ ਹੁਣ ਉਹ ਚਾਈਂ ਚਾਈਂ ਸਕੂਲ ਜਾਣ ਲੱਗੀ। ਜਸਮੀਤ 6 ਮਹੀਨੇ ਦਾ ਹੋ ਗਿਆ ਸੀ। ਰਾਜਵੀਰ ਦੀ ਡਿਲੀਵਰੀ ਦਾ ਟਾਈਮ ਸੀ, ਉਸਦੇ ਦਾਦਾਂ ਸ਼ੁਰੂ ਹੋ ਗਈਆਂ। ਮਹਿੰਦਰ ਕੌਰ ਪਿੰਡ ਦੀ ਡਿਸਪੈਂਸਰੀ ਵਿੱਚ ਗਈ। ਉੱਥੇ ਅੱਜ ਗਾਇਨੀ ਵਾਲੀ ਡਾਕਟਰ ਜਿਸ ਕੋਲ ਰਾਜਵੀਰ ਦਾ ਚੈੱਕਅਪ ਕਰਾਉਂਦੇ ਸੀ, ਅੱਜ ਛੁੱਟੀ 'ਤੇ ਸੀ। ਡਿਊਟੀ 'ਤੇ ਜਿਹੜੀ ਨਰਸ ਸੀ ਉਹ ਮਹਿੰਦਰ ਕੌਰ ਨੂੰ ਕਹਿੰਦੀ, ਮੈਂ ਚੈੱਕ ਕਰਕੇ ਵੇਖਦੀ ਹਾਂ, ਜੇ ਟਾਈਮ ਹੋਇਆ ਤਾਂ ਤੁਸੀਂ ਪਟਿਆਲੇ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਲੈ ਜਾਇਓ। ਮਹਿੰਦਰ ਕੌਰ ਕਹਿੰਦੀ, ਨਾ ਬੀਬਾ, ਉੱਥੇ ਅਸੀਂ ਨਹੀਂ ਖੜ੍ਹਨਾ, ਉੱਥੇ ਤਾਂ ਕੁੜੀਆਂ ਹੀ ਹੁੰਦੀਆਂ ਨੇ। ਨਰਸ ਕਹਿੰਦੀ, ਮਾਤਾ ਵਹਿਮ ਨਹੀਂ ਕਰੀਦਾ, ਜਿਹੜਾ ਬੱਚਾ 9 ਮਹੀਨੇ ਦਾ ਵੜਿਆ ਹੋਇਆ ਉਹ ਹੀ ਪੈਦਾ ਹੋਣਾ, ਹਸਪਤਾਲ ਜਾਣ ਨਾਲ ਬਦਲ ਥੋੜ੍ਹੀ ਜਾਣਾ। ਨਰਸ ਮਹਿੰਦਰ ਕੌਰ ਨਾਲ ਘਰ ਪਹੁੰਚੀ ਤਾਂ ਉਸਨੇ ਰਾਜਵੀਰ ਨੂੰ ਵੇਖਿਆ ਅਤੇ ਕਹਿਣ ਲੱਗੀ, ਮਾਤਾ ਜੀ, ਬੱਚਾ ਜਲਦੀ ਹੋ ਜਾਣਾ, ਕਿਸੇ ਨੂੰ ਮੇਰੇ ਨਾਲ ਡਿਸਪੈਂਸਰੀ ਭੇਜੋ, ਮੈਂ ਡਿਲੀਵਰੀ ਦਾ ਸਮਾਨ ਲੈ ਆਵਾਂ। ਕੁਲਵੰਤ ਸਾਈਕਲ 'ਤੇ ਨਰਸ ਨੂੰ ਡਿਸਪੈਂਸਰੀ ਲੈ ਗਿਆ ਅਤੇ ਉਹ ਫਟਾਫਟ ਸਮਾਨ ਲੈ ਕੇ ਆ ਗਏ। ਰਾਜਵੀਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਨਰਸ ਕਹਿਣ ਲੱਗੀ, ਲੈ ਮਾਤਾ, ਪੋਤੀ, ਜੇ ਤੁਸੀਂ ਹਸਪਤਾਲ ਜਾਂਦੇ ਤਾਂ ਕਹਿਣਾ ਸੀ ਕਿ ਹਸਪਤਾਲ ਜਾ ਕੇ ਕੁੜੀ ਹੋਈਏ। ਮਹਿੰਦਰ ਕੌਰ ਅਫਸੋਸ ਭਰੇ ਮਨ ਨਾਲ ਬੈਠੀ ਸੀ, ਮੇਰਾ ਕੁਲਵੰਤ ਤਾਂ ਭੋਲਾ ਜਿਹਾ, ਰੱਬ ਉਹਨੂੰ ਜੀ ਦੇ ਛੱਡਦਾ, ਉਹ ਸਤਵੀਰ ਨੂੰ ਕਹਿੰਦੀ ਹੈ। ਸਤਵੀਰ, ਕੋਈ ਨਹੀਂ ਬੀਜੀ, ਮੀਤਾਂ ਆਪਾਂ ਨੂੰ ਹੁਣ ਕਿੰਨੀ ਪਿਆਰੀ ਲੱਗਦੀ ਆ, ਰਾਜਵੀਰ ਨੂੰ ਵੀ ਰੱਬ ਫਿਰ ਪੁੱਤਰ ਦੇਵੇਗਾ। ਫਿਰ ਤੇ ਫਿਰ ਹੀ ਹੁੰਦੀ ਆ, ਮਹਿੰਦਰ ਕੌਰ ਬੋਲੀ। ਪਰਵਿੰਦਰ, ਬੀਜੀ, ਆਪਣੀ ਪੁਰਾਣੀ ਸੋਚ ਨੂੰ ਛੱਡ ਦਿਓ, ਹੁਣ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ। ਨਰਸ ਨੇ ਬੱਚੀ ਦਾ ਨਾੜੂ ਬੰਨ੍ਹ ਕੇ ਅਤੇ ਰਾਜਵੀਰ ਲਈ ਕੁਝ ਦਵਾਈਆਂ ਦਿੱਤੀਆਂ। ਮਾਤਾ ਜੀ, ਬੱਚੀ ਨੂੰ ਕੱਲ੍ਹ ਡਿਸਪੈਂਸਰੀ ਤੋਂ ਟੀਕਾ ਲਗਵਾ ਲਿਆਇਓ। ਮਹਿੰਦਰ ਕੌਰ, ਚੰਗਾ ਧੀਏ, ਸ਼ੁਕਰੇ, ਤੂੰ ਤਾਂ ਹੈ ਸੀ ਇੱਥੇ, ਨਹੀਂ ਅਸੀਂ ਏਡੀ ਛੇਤੀ ਕਿੱਥੇ ਜਾਂਦੇ। ਮਹਿੰਦਰ ਕੌਰ ਉਸ ਨਾਲ ਬਾਹਰ ਤੱਕ ਗਈ ਅਤੇ ਹਰਭਜਨ ਸਿੰਘ ਨੂੰ ਕਿਹਾ, ਇਸ ਨੂੰ ਕੁਝ ਪੈਸੇ ਦਿਓ, ਵਿਚਾਰੀ ਨੇ ਘਰ ਆ ਕੇ ਕੇਸ ਕਰ ਦਿੱਤਾ। ਕੋਈ ਨਹੀਂ ਮਾਤਾ ਜੀ, ਇਹ ਤਾਂ ਸਾਡਾ ਫਰਜ਼ ਆ, ਸਰਕਾਰ ਤਾਂ ਹੀ ਸਾਨੂੰ ਤਨਖਾਹ ਦਿੰਦੀ ਆ, ਨਰਸ ਨੇ ਕਿਹਾ ਅਤੇ ਬਿਨਾਂ ਕੁਝ ਲੈ ਚੱਲ ਪਈ। ਕੁਲਵੰਤ, ਭੈਣ ਜੀ, ਮੈਂ ਤੁਹਾਨੂੰ ਛੱਡ ਆਉਂਦਾ ਹਾਂ। ਨਰਸ, ਵੀਰ ਜੀ, ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੇ ਮੈਨੂੰ ਬੱਸ ਅੱਡੇ ਤੱਕ ਛੱਡ ਆਓ। ਕੁਲਵੰਤ ਸਾਈਕਲ 'ਤੇ ਨਰਸ ਨੂੰ ਬੱਸ ਅੱਡੇ 'ਤੇ ਛੱਡ ਕੇ ਆਉਣ ਲੱਗਾ। ਉਹਨੇ ਨੂੰ ਜਸਵਿੰਦਰ ਵੀ ਬੱਸ ਤੋਂ ਉੱਤਰ ਆਈ। ਉਸਨੇ ਕੁਲਵੰਤ ਨੂੰ ਪੁੱਛਿਆ, ਭਾਅ ਜੀ, ਤੁਸੀਂ ਕੀ ਕਰਨ ਆਏ ਸੀ ਬੱਸ ਅੱਡੇ 'ਤੇ? ਕੁਲਵੰਤ,
मैं नर्स नूं छड्डण आया सी, तेरी भाभी कोल गुड़िया हुई है। अच्छा जी, मेरी भतीजी आई है, जसविंदर ने कहा ते अपना साइकिल लैके कुलवंत नाल चल पई। घर पहुँचे तां मीतां भज के जसविंदर कोल गई। भुआ जी, मेरी भैन आई है। महेंद्र कौर ने जसविंदर नूं कहा, अजे ना जाई अंदर, हाथ मूँह धो के रोटी खा ला, बाहरों आई है, तू जरा ठहर के चुकी कुड़ी नूं। चंगा बी जी, ते जसविंदर मीतां नूं चुक के प्यार करदी कहन लगी, मेरी मीतां दी निक्की भैन आई है। हाँ जी भुआ जी, जदों मैं स्कूलों आई सी ना, उदों चाची जी बाबा जी कोलों लै के आए सी, मैं बाबा जी नूं कहा सी ना मैनूं भैन दिओ। आहो, पहला ही भैन भैन करदी सी, भैड़ी आवाज कढ़दी सी, आ गई है हुण कुड़ी, महेंद्र कौर ने कहा। बीजी, इहदे कहण नाल तां कुड़ी बन गई, नाले असी नहीं तुहाडियां दो कुड़ियां, उदों की नहीं मंगिया सी सानू, तुसी ते बिल्कुल भी नहीं मंगिया होना, वीर ही मंगे होने ने। शाम नूं बलवंत आया तां मीतां उसनूं भी भज के दसन गई, चाचा जी मेरी भैन आई है। बलवंत, अच्छा जी मेरे पुत्तू दी भैन आई है। ते ओह अंदर जाके गुड़िया नूं वेख के शगन दिंदा है। राजवीर, पाजी इहदी की लोड़ सी, घर दे जी ते प्यार दिंदे हन, शगन नहीं। बलवंत, इहदा चाचा सरकारी मुलाजम है, इन्ना क तां बनदा ही है, ना की रखना गुड़िया दा, तुसी ही रख दिओ पाजी, राजवीर ने कहा। हाँ पाजी, इहदा ना तुसी रखो, जसविंदर ने कहा। बलवंत, चलो इहदा ना रख लैंदे हाँ कुलवीर कौर, पहले अक्खर पाजी दे, पिछले भाभी जी दे। बहुत वधिया ना आए, राजवीर ने कहा। जसविंदर सारियां नूं दसन लगी, गुड़िया दा नां पाजी ने कुलवीर रखिया। सारे रात दी रोटी खान बैठे तां हरभजन सिंह ने कहा कि मैं सरपंच नूं कहां वई, अपने साडू नूं कहे परविंदर दे विआह बारे पुछ आए। मैं कहना आवे मगर दा विआह कर लईए। तिन्ना मुंडिया कहा, ठीक है जिमें तुसी कहंदे हो पापा जी। महेंद्र कौर कहंदी, आहो ऐतकी परविंदर दा कर दे हां, ते आउंदे सियाले निक्किया दोवां दा कर देंगे। हरभजन सिंह सरपंच नूं कहंदे ते सरपंच अगले दिन ही अपने साडू नूं नाल लैके परविंदर दे सहुरे विआह पुछण चला गया। सरपंच ते उसदा साडू तारा सिंह दोवें परविंदर दे सहुरे पहुँचे तां तारा सिंह दी धी सिंदर उसनूं वेख के बहुत खुश हुई। तारा सिंह ने अपनी धी नूं कहा, धीए अपनी सस नूं बुला, असी हरदेव दे विआह बारे पुछण आए हाँ। सिंदर, पापा जी हरदेव ने तां अमरीका दा वीजा लवा लिया, कहिंदा विआह आ के करवा लवांगा। भाजी असी ते बथेरा कहा कि विआह करा के चला जाई, पर मानदा ही नहीं, सिंदर दी सस ने आ के कहा। तारा सिंह, पर भैन जी ये तां माड़ी गल आ, की पता बाहर किन्ने साल लग जाण, अगले इन्ना चिर धी नूं घर बिठा छड्डणगे। तारा सिंह दा जवाई कुंदन सिंह भी आ गया ते कहन लगा, पापा जी हुण पैसे ला बैठा, हुण इक वार जा आवे, आउंदे साल नूं आ के विआह करा लेगा। तारा सिंह, साल बाद पुत्रा कित्थे मुड़िया जांदा, ये तां कहण दीआं गल्लां ने, असी तां इस करके साख कराया सी, उह कहिंदे सन कि असी वड्डी धी दा पहलां विआह करना। हरदेव नूं बुलाओ, उहनूं ते पुछ लईए की कहिंदा है। कुंदन हरदेव नूं खेतां च बुलाउण चला गया। शिंदर ने उन्हां नूं रोटी खवाई ते इन्नी देर नूं हरदेव भी आ गया। हरदेव दोवां नूं सत श्री अकाल बुला के बैठ गया। तारा सिंह, हरदेव असी तेरा ब्याह पक्का करन आए हाँ, तू अगों बाहर दा वीजा लवाई बैठा। हरदेव, बाहर जाण दी मेरी पहलां ही सलाह सी, दो साल ला के मैं आ के विआह करा लवूं। काका, उह जवान धी नूं हुण घरे बिठा छड्डणगे, सरपंच ने कहा। हरदेव,
मैं ता जी हुण जाना ही है, जे ज़्यादा काली होई व्याह लैण वो अपनी धी नूं। ये कोई बंदियां वाली गल थोड़ा है, घर जाके वेख के आया तू कुड़ी नूं। मैं किहड़ा साग छड़दा, 2 साल बाद पक्का होके व्याह के लै जाऊं कुड़ी नूं। कुंदन ते उहदी मां भी कहन लगी, कोई नहीं आ जाएगा फिर कर लवांगे व्याह। तारा सिंह अपनी धी नूं प्यार दी सरपंच नूं नाल लै के गुस्से नाल वापस आ गया। सरपंच रात तारा सिंह कोल रह के सवेरे अपने पिंड आ गया। शाम नूं हरभजन सिंह हुरी सारे घर ही बैठे सन। सरपंच उन्हां दे घर गया ते दस्या कि हरदेव अमरीका चलिया ते 2 साल बाद आ के व्याह करवाएगा। सारे चिंता विच पै गए कि वड्डी धी दा व्याह करना सी ते मुंडा बाहर तुर चलिया। हरभजन सिंह, तुसी सरपंच साहब कहना सी कि व्याह करा के चला जाए। बथेरा कहा सी दोवां, पर कहिंदा 2 साल विच पक्का हो के आ जावांगा, फिर व्याह के कुड़ी नूं भी अमरीका ही लै जाएगा, सरपंच ने कहा। महिंदर कौर, मेरी धी दे संजोग ही ढिले ने, पहला मंगणा ते हुण व्याह पिछे पै गया। सतपाल, संजोगां नूं की ए, ओह ही जदों मंगणा करा के भज्जन लगा। बलवंत, चलो मुंडा बाहर सैट हो गया ता अपनी परविंदर मौजां करेगी। पाजी, बलवंत लई कोई साक दसो, फिर इहदा ही व्याह कर लईए, जसविंदर ते अजे पढ़दी आ। महिंदर कौर ने सरपंच नूं कहा, वेख लैंदे हाँ जे कोई होया साका विच। सरपंच ने कहा ते चला गया। 6 महीने लंघ गए सन। बलवंत लई साक लभदियां पर अजे किते गल बनी नहीं सी। महिंदर कौर कहिंदी, मैनूं नूं सोहणी चाहीदी आ ते पढ़ी लिखी भी, मेरा मुंडा सरकारी दफ्तर विच नौकरी करदा है। एक दिन सतवीर दे माता पिता मिलन आए, सारे बैठे गल्लां कर रहे सी। महिंदर कौर ने गल्लां विच सतवीर दी मां प्रसन्न कौर नूं कहा, दोवां कुड़ियां लई साक लभ लगे हन पर बलवंत लई कोई चंगा साक नहीं मिल रिहा। प्रसन्न कौर कहन लगी, भैन जी मेरी भैन दी धी है, पढ़ी लिखी कुड़ी ए, ऐतकी 14वीं क्लास करती पई ए, सोहणी वी रज के ते अपनी सतवीर वर्गी ए, लम्मी ते इहदे नालों वी वध ए, पर देण लैण उहनां ज़्यादा नहीं करना, 2 धियां होर ने छोटियां। महिंदर कौर, साक चंगे होण तां सारी उम्र दी बांह हुंदे ने, लैण देण दी कोई गल नहीं भैन जी। साक किहड़ा उपरे ने, मेरी भैन पणवईए ते रब दे नां वाले ने, प्रसन्न कौर ने कहा। महिंदर कौर, चलो जाके कर लियो जाके गल अपनी भैन नाल। महिंदर कौर ने हरभजन सिंह ते बलवंत नाल साक दी गल कीती। ओह भी कहन लगे कि वेख लो। सतवीर भी कहन लगी कि मासी दी कुड़ी बहुत वधिया है। सतवीर दे पिता हरनाम सिंह ते माँ ने दोवें पासे गल करके साक करा दिता। रिश्तेदारी सी नाले दोवें धिरां नूं सब कुछ ठीक सी। सतवीर भी खुश सी कि मेरी भैन ही आ जाएगी। 10 मार्च का विआह पक्का हो गया। महिंदर कौर कहिंदी, मैं तां सोचिया सी कि परविंदर का विआह पहलां हो जांदा, पर जो रब नूं मंजूर होवे, की पता कल नूं पराई धी आ के मुंडे नूं मगर ला लवे। 4 पैसे कमाउंदा है, एक धी का भार हौला हो जाता। परविंदर, वी जी पहलां तो यह दसो, जे धियां भार लगदियां तो सानू जमदे ही मार देंदे, अपराइयां धियां ने ही तुहानू सामना, असी नहीं तो ना ही तुहाडे मुंडिया ने। पराइयां धियां ने कदे कुछ कहा तुहानू? एवें पराइयां धियां नू बदनाम किया, सानू भी कल नू अगलिया एवें ही कहना। महिंदर कौर कोल कोई जवाब नहीं सी, पर कहिंदी, धीए जिन्ना चिर धियां दा कारज करना लईए ना, मन ते बोझ रहिंदा। एवें बोझ ना लो बीजी, भाजी दे विआह दी तैयारी शुरू करो। विआह दीआं तैयारियां करदिआं पता ही ना लगा, झट 2 महीने लंघ गए।
ਬਲਵੰਤ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਵਾ ਲਿਆਇਆ। ਉਸ ਨੂੰ ਇਹ ਸੀ ਕਿ ਸਟਾਫ ਨੂੰ ਕਾਰਡ ਦੇਣੇ ਨੇ, ਪਰ ਹਰਭਜਨ ਸਿੰਘ ਅਤੇ ਸਤਪਾਲ ਉਸ ਨੂੰ ਗੁੱਸੇ ਹੋਣ ਲੱਗ ਪਏ। ਤੂੰ ਵੱਡਾ ਅੰਗਰੇਜ਼ ਬਣ ਗਿਆ, ਸਾਰੇ ਰਿਸ਼ਤੇਦਾਰ ਕਿਵੇਂ ਕਾਰਡ ਪੜਨਗੇ? ਬਲਵੰਤ ਨੇ ਗੁੱਸੇ ਨਾਲ ਦੋ ਤਿੰਨ ਕਾਰਡ ਪਾੜ ਕੇ ਸੁੱਟ ਦਿੱਤੇ। ਕਹਿੰਦਾ, ਆਪ ਹੀ ਛਪਵਾ ਲਿਓ ਤੁਸੀਂ। ਫਿਰ ਰਿਸ਼ਤੇਦਾਰਾਂ ਲਈ ਕੁਛ ਕਾਰਡ ਪੰਜਾਬੀ ਵਿੱਚ ਛਪਵਾਏ। ਮਾਰਚ ਦਾ ਮਹੀਨਾ ਚੜ੍ਹਦਿਆਂ ਹੀ 5 ਦਿਨ ਦੀ ਗੌਣ ਰੱਖੀ ਗਈ। ਫਿਰ ਅਖੰਡ ਪਾਠ ਸਾਹਿਬ ਅਤੇ ਹੋਰ ਰਸਮਾਂ ਸ਼ੁਰੂ ਹੋ ਗਈਆਂ। ਅਖੰਡ ਪਾਠ ਸਾਹਿਬ ਅਤੇ ਭਗਤ ਸਿੰਘ ਅਤੇ ਬਚਨ ਕੌਰ ਵੀ ਆਏ। ਬਚਨ ਕੌਰ ਹਰਭਜਨ ਸਿੰਘ ਨੂੰ ਕਹਿਣ ਲੱਗੀ, ਪਾਪਾ ਜੀ, ਮੈਂ ਤਾਂ ਹੁਣ ਮੀਤਾ ਨੂੰ ਪਿਆਰ ਦੇ ਕੇ ਹੀ ਜਾਣਾ। ਹੁਣ ਤਾਂ ਮੀਤਾ 5 ਸਾਲ ਦੀ ਹੋ ਗਈ ਏ। ਸਾਰੇ ਕਹਿਣ ਕਿ ਇੰਨੇ ਛੋਟੇ ਬੱਚਿਆਂ ਦਾ ਸਾਕ ਠੀਕ ਨਹੀਂ ਹੁੰਦਾ, ਪਰ ਬਚਨ ਕੌਰ ਤਾਂ ਕਿਸੇ ਦੀ ਨਾ ਸੁਣੇ। ਉਹ ਕਹਿਣ ਲੱਗੀ ਕਿ ਖੁਸ਼ੀ ਦਾ ਮੌਕਾ ਹੈ, ਮੈਂ ਕੱਲ੍ਹ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਮੀਤਾ ਨੂੰ ਸ਼ਗਨ ਦੇ ਕੇ ਜਾਣਾ। ਅਖੰਡ ਪਾਠ ਸਾਹਿਬ ਦੇ ਭੋਗ 'ਤੇ ਜਦੋਂ ਬਲਵੰਤ ਨੂੰ ਸ਼ਗਨ ਲੱਗਿਆ ਤਾਂ ਗੁਰੂ ਮਹਾਰਾਜ ਜੀ ਦੀ ਸਵਾਰੀ ਗੁਰਦੁਆਰਾ ਸਾਹਿਬ ਛੱਡ ਕੇ ਆਏ। ਉਸ ਤੋਂ ਬਾਅਦ ਬਚਨ ਕੌਰ ਕਹਿਣ ਲੱਗੀ, ਖੁਸ਼ੀ ਦੇ ਮੌਕੇ ਇੱਕ ਹੋਰ ਖੁਸ਼ੀ ਦਾ ਕੰਮ ਕਰ ਲਈਏ, ਮੀਤਾ ਨੂੰ ਬਿਠਾਓ, ਮੈਂ ਮੀਤਾ ਨੂੰ ਸ਼ਗਨ ਦੇਣਾ ਹੈ। ਬਚਨ ਕੌਰ ਅਤੇ ਭਗਤ ਸਿੰਘ ਆਪਣੀ ਬੇਟੀ ਪ੍ਰੀਤ ਨੂੰ ਨਾਲ ਲੈ ਕੇ ਆਏ ਸਨ ਅਤੇ ਜਸਵੀਰ ਨੂੰ ਘਰ ਛੱਡ ਕੇ ਆਏ ਸੀ, ਕਿਉਂਕਿ ਸ਼ਗਨ ਦੇ ਸਮੇਂ ਮੁੰਡੇ ਨੂੰ ਨਾਲ ਨਹੀਂ ਖੜਦੇ। ਬਚਨ ਕੌਰ ਦੇ ਵਿਆਹ ਨੂੰ ਵੇਖਦੇ ਹੋਏ ਸਾਰਿਆਂ ਸਲਾਹ ਕੀਤੀ ਕਿ ਚਲੋ, ਧੀਆਂ ਦੇ ਘਰ ਲੱਭਣੇ ਕਿਹੜਾ ਸੌਖੇ ਨੇ, ਸਭ ਕੁਝ ਬੈਠੇ ਬਿਠਾਏ ਮਿਲ ਰਿਹਾ, ਦੇ ਲੈਣ ਦਿਓ ਪਿਆਰ ਬਚਨ ਕੌਰ ਨੂੰ। ਮੀਤਾ ਨੇ ਲਾਲ ਰੰਗ ਦਾ ਸੂਟ ਪਾਇਆ ਸੀ ਅਤੇ ਚਾਚੇ ਦੇ ਵਿਆਹ ਦੇ ਚਾਅ ਵਿੱਚ ਨੱਚਦੀ ਫਿਰ ਰਹੀ ਸੀ। ਮੀਤਾ ਨੂੰ ਪਰਵਿੰਦਰ ਫੜ ਕੇ ਲਿਆਈ, ਆ ਮੇਰਾ ਪੁੱਤ, ਤੈਨੂੰ ਚੀਜੀ ਨਾਲੇ ਪੈਸੇ ਦਿੰਦੇ ਹਾਂ। ਲਿਆ ਕੇ ਜਿੱਥੇ ਬਲਵੰਤ ਨੂੰ ਸ਼ਗਨ ਲਾਇਆ ਸੀ ਉੱਥੇ ਬਿਠਾ ਦਿੱਤਾ। ਸਤਵੀਰ ਦੇ ਅੱਖਾਂ ਵਿੱਚ ਹੰਝੂ ਸਨ। ਇਹਨੂੰ ਵਿਚਾਰੀ ਨੂੰ ਕੀ ਪਤਾ ਰਿਸ਼ਤੇ ਦਾ? ਕੋਈ ਨਹੀਂ, ਆਪਾਂ ਕਿਹੜਾ ਤੋੜ ਦੇਣਾ ਹੁਣੇ, ਮਹਿੰਦਰ ਕੌਰ ਨੇ ਸਤਵੀਰ ਨੂੰ ਕਿਹਾ। ਬਚਨ ਕੌਰ ਮੀਤਾ ਦੇ 5 ਸੂਟ ਅਤੇ ਲੱਡੂਆਂ ਦਾ ਡੱਬਾ ਅੱਗੇ ਰੱਖ ਕੇ 100 ਰੁਪਏ ਸ਼ਗਨ ਝੋਲੀ ਵਿੱਚ ਪਾਇਆ ਅਤੇ ਲੱਡੂ ਮੂੰਹ ਵਿੱਚ ਪਾ ਕੇ ਮੂੰਹ ਮਿੱਠਾ ਕਰਾਇਆ। ਭਗਤ ਸਿੰਘ ਨੇ ਵੀ 100 ਰੁਪਏ ਸ਼ਗਨ ਮੀਤਾ ਨੂੰ ਦਿੱਤਾ। ਉਸ ਸਮੇਂ ਭਾਵੇਂ ਲੋਕ 10 ਰੁਪਏ ਸ਼ਗਨ ਬਹੁਤ ਸਮਝਦੇ ਸਨ, ਪਰ ਬਚਨ ਕੌਰ ਕਹਿੰਦੀ, ਮੈਂ ਤਾਂ ਆਪਣੀ ਨੂੰਹ ਨੂੰ 100 ਰੁਪਏ ਹੀ ਦੇਣੇ ਨੇ। ਪਿੰਡ ਵਾਲੀਆਂ ਜਨਾਨੀਆਂ ਵੀ ਆ ਕੇ ਵੇਖਣ ਲੱਗੀਆਂ, ਬਚਨੋ, ਇਹ ਕੀ ਕਰਦੀ ਪਈ ਏ? ਇੱਕ ਔਰਤ ਨੇ ਕਿਹਾ। ਮੀਤਾ ਨੂੰ ਮੈਂ ਅੱਜ ਤੋਂ ਆਪਣੀ ਨੂੰਹ ਬਣਾ ਲਿਆ, ਬੜੀ ਪਿਆਰੀ ਲੱਗਦੀ ਹੈ ਮੈਨੂੰ। ਹੈ ਤਾਂ ਸੱਚੀ ਬਹੁਤ ਪਿਆਰੀ, ਪਰ ਤੂੰ ਪੁਰਾਣੇ ਰਿਵਾਜ਼ ਵਾਲਾ ਕੰਮ ਕਰ ਦਿੱਤਾ। ਭੂਆ ਤੇ ਅਜੇ ਵਿਆਹੁਣ ਵਾਲੀਆਂ ਨੇ, ਉਹਨਾਂ ਦੀ ਉਮਰ ਏ ਹੁਣ, ਤੇ ਤੂੰ ਨਿੱਕੀ ਜਿਹੀ ਨੂੰ ਮੰਗ ਦਿੱਤਾ, ਇੱਕ ਹੋਰ ਨੇ ਕਿਹਾ। ਬਚਨ ਕੌਰ, ਮੈਂ ਕਿਹੜਾ ਹੁਣੇ ਵਿਆਹ ਕੇ ਲੈ ਚੱਲੀ ਹਾਂ, ਬਸ ਮੈਂ ਤੇ ਇਸਨੂੰ ਹੀ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੀ ਹਾਂ। ਮੈਂ ਕਿਹਾ, ਫਿਰ ਕਿਤੇ ਹੋਰ ਨਾ ਕਰ ਦੇਣ। ਸੁਖਵੰਤ ਕੌਰ, ਚਲੋ ਜੀ, ਜਿਹੜਾ ਕੰਮ ਹੋ ਗਿਆ ਵਧੀਆ, ਸੋਹਣੀ ਜੋੜੀ ਬਣੇਗੀ। ਮੀਤਾ ਉੱਠ ਕੇ ਖੇਡਣ ਭੱਜ ਗਈ ਸੀ, ਬੇਖਬਰ ਵੱਡਿਆਂ ਦੀਆਂ ਗੱਲਾਂ ਤੋਂ। ਬਚਨ ਕੌਰ, ਪਾਪਾ ਜੀ, ਸ਼ਾਮ ਨੂੰ ਤੁਸੀਂ ਜਸਵੀਰ ਨੂੰ ਪਿਆਰ ਦੇਣ ਆ ਜਾਇਓ, ਉਸਨੇ ਹਰਭਜਨ ਸਿੰਘ ਨੂੰ ਕਿਹਾ। ਹਰਭਜਨ ਸਿੰਘ, ਨਹੀਂ ਬਚਨਾ, ਮੇਲ ਘਰ ਬੈਠਾ, ਸਵੇਰੇ ਬਰਾਤ ਜਾਣੀ ਹੈ, ਵਿਆਹ ਦਾ ਨਿਬੇੜ ਕੇ ਆਵਾਂਗੇ ਅਸੀਂ। ਤੁਸੀਂ ਫਿਰ ਬੁੱਧਵਾਰ ਆ ਜਾਇਓ, ਬਚਨ ਕੌਰ ਨੇ ਕਿਹਾ। ਉਸਨੂੰ ਪਤਾ ਸੀ ਕਿ ਹਰਭਜਨ ਸਿੰਘ ਦੀ ਕੋਈ ਨਹੀਂ ਮੋੜਦਾ। ਸਾਰਾ ਦਿਨ ਮੇਲ ਅਤੇ ਸ਼ਰੀਕੇ ਵਾਲੇ ਖਾਂਦੇ ਪੀਂਦੇ ਰਹੇ ਅਤੇ ਭੰਗੜੇ ਪਾਉਂਦੇ ਰਹੇ। ਸਵੇਰੇ ਬੱਸ 'ਤੇ ਬਰਾਤ ਗਈ, ਬਰਾਤ ਕੁਝ ਜ਼ਿਆਦਾ ਹੀ ਹੋ ਗਈ। ਬੈਂਡ ਵਾਲੇ ਬੱਸ ਦੀ ਛੱਤ 'ਤੇ ਬੈਠੇ। ਜਦੋਂ ਬਰਾਤ ਪਹੁੰਚੀ ਤਾਂ ਸਤਵੀਰ ਦੀ ਮਾਸੀ ਮਖੌਲ ਕਰਦਿਆਂ ਕੁੜਮਣੀ ਨੂੰ ਕਹਿਣ ਲੱਗੀ, ਭੈਣ ਜੀ, ਜੇ ਕੋਈ ਰਹਿ ਗਿਆ ਸੀ ਉਹ ਵੀ ਲੈ ਆਉਂਦੇ। ਮਹਿੰਦਰ ਕੌਰ ਨੇ ਕਿਹਾ, ਭੈਣ ਜੀ, ਸਾਕ ਹੀ ਵਾਹਵਾਂ ਨੇ, ਤਾਂ ਹੀ ਬਰਾਤ ਜ਼ਿਆਦਾ ਹੋ ਗਈ। ਸ਼ਾਮ ਨੂੰ ਸਤਵੀਰ ਦੀ ਮਾਸੀ ਦੀ ਧੀ ਨੂੰ ਵਿਆਹ ਕੇ ਬਰਾਤ ਵਾਪਸ ਚੱਲ ਪਈ। ਸਤਵੀਰ ਦੀ ਮਾਂ ਵੀ ਖੁਸ਼ ਸੀ ਕਿ ਵਿਆਹ ਠੀਕ ਠਾਕ ਨਿਬੜ ਗਿਆ। ਜਦੋਂ ਬਰਾਤ ਵਾਪਸ ਘਰ ਪਹੁੰਚੀ ਤਾਂ ਬੈਂਡ ਵਾਲਿਆਂ ਬੈਂਡ ਵਜਾ ਕੇ ਨਵੀਂ ਜੋੜੀ ਦਾ ਸਵਾਗਤ ਕੀਤਾ। ਬਲਵੰਤ ਅਤੇ ਸੁਖਜੀਤ ਨੂੰ ਅੰਦਰ ਲਿਜਾਣ ਤੋਂ ਪਹਿਲਾਂ ਮਹਿੰਦਰ ਕੌਰ ਨੇ ਪਾਣੀ ਵਾਰਿਆ।
सारियां वोटी वेखन नूं कालियां सन। जदों महेंद्र कौर ने चोरी खवाउण लई सुखजीत दा कुंड चुकिया तां बलवंत ने सुखजीत वल वेख्या ते सुखजीत शर्मा गए। बलवंत उच्ची लम्मी चन्न वर्गी वोटी वेख के खुश हो गया। सारियां जनानियां भी एक दूजे तो अगे हो के वेख रहियां सन। नी वोटी ते बड़ी सोहणी है, निरा चन्न दा टुकड़ा, सुखवंत ने कहा। मीता कोल आके बह गई ते परविंदर कह दी, मीता चाची जी। सुखजीत ने कहा, नहीं मैं ते मासी हाँ। जसविंदर भी भाभी नाल गल्लां करन लगी। वोटी नूं चाह पानी पिया के उसके कपड़े बदलाए। सतवीर दे कोल होण करके उन्हां वोटी नाल नैन नहीं सी भेजी, इस करके सतवीर ने बलवंत ते सुखजीत नूं इकट्ठिया नूं रोटी दे दित्ती। रात ही रोटी खा के बरादरी वाले घरां नूं चले गए ते मेल सारा थाओं थाई पै गए। विआह तों बाद जदों मीता ते राणो स्कूल गईआं, मीता दी अध्यापक ने कहा, मीता लड्डू नहीं लै के आई चाचा जी दे विआह दे? मीता कहिंदी, मैडम जी कल नूं लै के आवांगी। राणो, मैडम जी मीता दा मंगणा भी हो गया। मैडम, मीता दा हुणी मंगणा हो गया? राणो, हाँ जी मैडम जी, इसी सस ने इसनूं शगन दित्ता सी। सारे बच्चे, मीता दा मंगणा हो गया, मीता दा मंगणा हो गया, रौला पौन लगे। मैडम, चुप करो सारे, की रौला पाया? मीता मूँह अगे हाथ रख के उच्ची उच्ची रोन लग पई। मैडम, मीता नूं फड़ के चुप कराउंदी है मीता। बाकी दी कहानी कल दी वीडियो च जारी रखांगे जी। नावल नूं पूरा सुनण दे लई तुहाडे अपने चैनल पंजाबी स्टोरी मेल नूं सबसक्राइब कर लवो जी, ते कहानी नूं लाइक कर दिया करो तां जो नवीं नवीं कहानियां तुहाडे अगे पेश करदे रहिए। धन्नवाद जी, ते कमेंट करके जरूर दस्सिओ कि तुहानूं कहानी किवें लगी। धन्नवाद जी।